ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਕਾਂਗਰਸ ਪਾਰਟੀ ਵੱਲੋਂ ਇੱਕ ਇੱਕ ਸੀਟ ਤੋਂ ਕਈ ਦਾਅਵੇਦਾਰਾਂ ਨੇ ਆਪਣੇ ਦਾਅਵੇ ਠੋਕਣੇ ਸ਼ੁਰੂ ਕਰ ਦਿੱਤੇ ਨੇ, ਉਧਰ ਕੁਝ ਅਜਿਹਾ ਹੀ ਹਾਲ ਹੁਣ ਭਾਰਤੀ ਜਨਤਾ ਪਾਰਟੀ ਦਾ ਵੀ ਹੁੰਦਾ ਦਿਖਾਈ ਦੇ ਰਿਹਾ। ਗੁਰਦਾਸਪੁਰ ਸੀਟ ਨੂੰ ਲੈ ਕੇ ਜਿੱਥੇ ਪਹਿਲਾਂ ਹੀ ਕਈ ਦਾਅਵੇਦਾਰ ਸਨ, ਉਧਰ ਹੁਣ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਵੀ ਆਪਣਾ ਦਾਅਵਾ ਠੋਕ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਮੈਂ ਤਾਂ MP ਬਣਾਂਗੀ। ਉਹ ਕਹਿੰਦੇ ਨੇ ਅਕਲਮੰਦ ਦੇ ਇਸ਼ਾਰਾ ਕਾਫੀ ਹੈ। ਮੈਨੂੰ ਲੱਗਦਾ ਹੈ ਕਿ ਮੋਦੀ ਜੀ ਨੇ ਮੈਨੂੰ ਇਸ਼ਾਰਾ ਦਿੱਤਾ ਹੈ ਕਿ ਇਨਕੇ ਸੁਪਨੇ ਅਧੂਰੇ ਰਹਿ ਗਏ, ਇਨਕੋ ਪੂਰੇ ਕਰਨੇ ਹੈ। ਔਰ ਬਹੁਤ ਸੋਚ ਵਿਚਾਰ ਕਰਨੇ ਕੇ ਬਾਅਦ ਮੈਨੂੰ ਲੱਗਦਾ ਹੈ ਕਿ ਮੈਨੂੰ ਫੀਡਬੈਕ ਆ ਰਹੀ ਹੈ ਬਹੁਤ ਹਮਾਰੇ ਸੀਨੀਅਰ ਲੀਡਰ ਸੇ ਔਰ ਸਭੀ ਲੋਕ ਕਹਿ ਰਹੇ ਕਿ ਲੋਕੋਂ ਕੀ ਇਹ ਇੱਛਾ ਹੈ ਕਿ ਆਪ ਉਨਕੇ MP ਬਨੋ ਔਰ ਮੈਂ ਲੋਕੋਂ ਕੋ ਨਿਰਾਸ਼ ਨਹੀਂ ਕਰਨਾ ਚਾਹਤੀ ਹੂੰ ਔਰ ਮੈਂ ਦਾਅਵੇ ਸੇ ਕਹਿ ਰਹੀ ਹੂੰ ਕਿ ਮੈਂ ਇਹ ਸੀਟ ਜੀਤੂੰਗੀ। ਜਦੋਂ ਕਵਿਤਾ ਖੰਨਾ ਤੋਂ ਇਹ ਪੁੱਛਿਆ ਗਿਆ ਕਿ ਕੀ ਤੁਸੀਂ ਆਪਣੇ ਆਪ ਨੂੰ ਲੋਕ ਸਭਾ ਚੋਣਾਂ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕੈਂਡੀਡੇਟ ਦੱਸ ਰਹੇ ਹੋ, ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਕੈਂਡੀਡੇਟ ਨਹੀਂ ਸਗੋਂ ਉਮੀਦਵਾਰ ਹਾਂ। ਦੇਖੀ ਮੈਨੇ ਕਿਹਾ ਮੈਂ ਉਮੀਦਵਾਰ ਹੂੰ, ਮੈਂ ਨਹੀਂ ਕਹਿ ਰਹੀ ਹੂੰ ਮੈਂ ਕੈਂਡੀਡੇਟ ਹੂੰ, ਮੈਂ ਤਾਂ ਇਹ ਕਹਿ ਰਹੀ ਹੂੰ ਮੈਂ ਉਮੀਦਵਾਰ ਹੂੰ ਔਰ ਮੈਂ ਉਮੀਦਵਾਰ ਇਸ ਲਈ ਹੂੰ ਕਿਉਂਕਿ ਇਹ ਲੋਕੋਂ ਕੀ ਆਵਾਜ਼ ਹੈ। ਤੋ ਅਗਰ ਇਹ ਲੋਕੋਂ ਕੀ ਆਵਾਜ਼ ਹੈ, ਮੈਂ ਸਮਝਤੀ ਹੂੰ ਕਿ ਮੇਰੀ ਜ਼ਿੰਮੇਦਾਰੀ ਬਣਤੀ ਹੈ ਕਿ ਮੈਂ ਇਹ ਇਸ ਸੇਵਾ ਮੈਂ ਲੱਗ ਜਾਊਂ। ਗੁਰਦਾਸਪੁਰ ਸੀਟ ਤੋਂ ਪਹਿਲਾਂ ਚਰਚਾ ਇਹ ਚੱਲ ਰਹੀ ਸੀ ਕਿ ਭਾਰਤੀ ਜਨਤਾ ਪਾਰਟੀ ਕਿਸੇ ਸੈਲੀਬ੍ਰਿਟੀ ਨੂੰ, ਕਿਸੇ ਐਕਟਰ ਨੂੰ ਇੱਥੋਂ ਚੋਣ ਲੜਾਉਣਾ ਚਾਹੁੰਦੀ ਹੈ, ਜਿਸ ਦੇ ਵਿੱਚ ਅਕਸ਼ੇ ਕੁਮਾਰ ਦਾ ਨਾਂ ਸਭ ਤੋਂ ਉੱਪਰ ਆ ਰਿਹਾ ਸੀ। ਇਸ 'ਤੇ ਵੀ ਕਵਿਤਾ ਖੰਨਾ ਨੇ ਜਵਾਬ ਦਿੱਤਾ ਹੈ। ਇਸ ਲਈ ਹੀ ਨਹੀਂ ਕਿ ਮੈਂ ਵਿਨੋਦ ਖੰਨਾ ਕੀ ਪਤਨੀ ਹੂੰ, ਉਹ ਲੋਕ ਮੈਨੂੰ ਜਾਣਦੇ ਹੈ ਕਿਉਂਕਿ ਮੈਂ ਉਨਕੀ ਪਤਨੀ ਹੂੰ, ਲੇਕਿਨ ਮੈਂ ਆਪਣੇ ਆਪ ਕੋ ਇਸ ਕਾਬਿਲ ਵੀ ਸਮਝਦੀ ਹੂੰ, ਨਹੀਂ ਤਾਂ ਮੈਂ ਇਹ ਕੰਮ ਕਭੀ ਹਾਂ ਨਹੀਂ ਬੋਲਦੀ ਕਿ ਮੇਰੀ ਤਿਆਰੀ ਹੈ। ਮੈਂ ਤਾਂ ਇਹੀ ਕਹਿ ਰਹੀ ਹੂੰ ਕਿ ਮੇਰੀ ਤਿਆਰੀ ਹੈ, ਲੋਕੋਂ ਕੀ ਆਵਾਜ਼ ਹਮਾਰੀ BJP ਸੁਨੇਗੀ ਔਰ ਜੋ ਆਵਾਜ਼ ਉੱਪਰ ਤੱਕ ਪਹੁੰਚੇਗੀ ਉਹ ਵੈਸੇ ਹੀ ਕਰੇਂਗੇ। ਅਗਰ ਲੋਕ ਚਾਹਤੇ ਕਿ ਅਕਸ਼ੇ ਕੁਮਾਰ ਬਣੇ ਤਾਂ ਅਕਸ਼ੇ ਕੁਮਾਰ ਜੀ ਕੋ ਲਿਆਏਂਗੇ ਉਹ, ਅਗਰ ਲੋਕ ਚਾਹਤੇ ਕਿ ਮੈਂ ਬਣੂੰ ਤਾਂ ਮੈਂ ਤਾਂ ਤਿਆਰ ਹੂੰ। ਆਪ ਦਰਅਸਲ ਗੁਰਦਾਸਪੁਰ ਦੀ ਸੀਟ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਹਿਲਾਂ ਤੋਂ ਹੀ ਪੇਚ ਫਸਦਾ ਦਿਖਾਈ ਦੇ ਰਿਹਾ ਸੀ, ਜਿੱਥੋਂ ਕਿ ਸਵਰਨ ਸਲਾਰੀਆ ਨੇ ਉਪਚੋਣ ਲੜੀ ਸੀ ਅਤੇ ਉਹ ਬਹੁਤ ਬੁਰੀ ਤਰ੍ਹਾਂ ਹਾਰੇ ਸਨ, ਲਗਭਗ 2 ਲੱਖ ਵੋਟਾਂ ਨਾਲ ਉਹ ਹਾਰ ਗਏ ਸਨ। ਉਸ ਤੋਂ ਬਾਅਦ ਹੀ ਕਵਿਤਾ ਖੰਨਾ ਨੇ ਆਪਣੀ ਦਾਅਵੇਦਾਰੀ ਇੱਥੇ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਸੀ। ਪਹਿਲਾਂ ਵੀ ਉਪਚੋਣ ਵੇਲੇ ਵੀ ਕਵਿਤਾ ਖੰਨਾ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ, ਪਰ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਨ ਨੇ ਸਵਰਨ ਸਲਾਰੀਆ ਨੂੰ ਮੈਦਾਨ ਦੇ ਵਿੱਚ ਉਤਾਰਿਆ ਸੀ, ਜਿਸ ਤੋਂ ਬਾਅਦ BJP ਨੂੰ ਭਾਜਪਾ ਨੂੰ ਇੱਥੇ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਤੋਂ ਬਾਅਦ ਕਵਿਤਾ ਖੰਨਾ ਦਾ ਕਹਿਣਾ ਸੀ ਕਿ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਮੈਂ ਇੱਥੋਂ ਇਸ ਜਗ੍ਹਾ ਤੋਂ ਇਸ ਕੰਸਟੀਚੁਐਂਸੀ ਤੋਂ ਇਸ ਲੋਕ ਸਭਾ ਸੀਟ ਤੋਂ ਮਜ਼ਬੂਤ ਉਮੀਦਵਾਰ ਹੋ ਸਕਦੀ ਹੈ, ਪਰ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਨ ਨੇ ਸਲਾਰੀਆ 'ਤੇ ਵਿਸ਼ਵਾਸ ਜਿਤਾਇਆ ਸੀ। ਚਲੋ ਕੋਈ ਨਹੀਂ, ਪਰ ਹੁਣ ਉਹਨਾਂ ਦਾ ਕਹਿਣਾ ਹੈ ਕਿ ਮੈਂ ਇੱਥੋਂ ਸੀਟ ਲੜਾਂਗੀ ਵੀ ਅਤੇ ਜਿੱਤਾਂਗੀ ਵੀ। ਕੁਝ ਅਜਿਹਾ ਹੀ ਹਾਲ ਗੁਰਦਾਸਪੁਰ ਦੀ ਸੀਟ 'ਤੇ ਕਾਂਗਰਸ ਪਾਰਟੀ ਦਾ ਵੀ ਹੈ। ਕਾਂਗਰਸ ਪਾਰਟੀ ਦੇ ਵੱਲੋਂ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਇਸ ਵੇਲੇ ਸੰਸਦ ਮੈਂਬਰ ਨੇ ਅਤੇ ਮੰਨਿਆ ਜਾ ਰਿਹਾ ਲਗਭਗ ਇਹ ਕਲੀਅਰ ਹੈ ਕਿ ਉਹਨਾਂ ਨੂੰ ਦੁਬਾਰਾ ਉੱਥੋਂ ਟਿਕਟ ਮਿਲੇਗੀ, ਪਰ ਪ੍ਰਤਾਪ ਸਿੰਘ ਬਾਜਵਾ ਜੋ ਕਿ ਕੈਪਟਨ ਦੇ ਐਂਟੀ ਧੜੇ ਦੇ ਮੰਨੇ ਜਾਂਦੇ ਨੇ, ਉਹਨਾਂ ਨੇ ਆਪਣੀ ਪਤਨੀ ਦੇ ਲਈ ਇੱਥੋਂ ਦਾਅਵੇਦਾਰੀ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਸਾਰੀਆਂ ਪਾਰਟੀਆਂ ਨੇ ਇੱਥੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ, ਜਿਸ ਦੇ ਵਿੱਚ ਸੁਨੀਲ ਜਾਖੜ ਵੀ ਅੱਜ ਕੱਲ੍ਹ ਇਸ ਹਲਕੇ ਦੇ ਵਿੱਚ ਘੁੰਮਦੇ ਫਿਰਦੇ ਲੋਕਾਂ ਵਿੱਚ ਵਿਚਰਦੇ ਦਿਖਾਈ ਦਿੰਦੇ ਨੇ, ਪਰ ਭਾਰਤੀ ਜਨਤਾ ਪਾਰਟੀ ਦੇ ਲਈ ਇੱਥੇ ਆਪਣਾ ਕੈਂਡੀਡੇਟ ਤੈਅ ਕਰਨਾ ਆਸਾਨ ਨਹੀਂ ਹੋਏਗਾ ਕਿਉਂਕਿ ਪਹਿਲਾਂ ਹੀ ਬਹੁਤ ਬੁਰੀ ਹਾਰ ਇੱਥੋਂ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਸੀ, ਪਰ ਜਿਵੇਂ ਹੁਣ ਕਵਿਤਾ ਖੰਨਾ ਨੇ ਇੱਥੋਂ ਦਾਅਵਾ ਠੋਕ ਦਿੱਤਾ ਹੈ, ਇਸ ਤੋਂ ਲੱਗ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਲਈ ਗੁਰਦਾਸਪੁਰ ਤੋਂ ਜੇਤੂ ਉਮੀਦਵਾਰ ਦੀ ਚੋਣ ਕਰਨਾ ਆਸਾਨ ਕੰਮ ਨਹੀਂ ਹੋਏਗਾ। ਦੂਜੇ ਪਾਸੇ ਜੇਕਰ ਗੱਲ ਕਰੀਏ ਬਾਕੀ ਪਾਰਟੀਆਂ ਦੇ ਕੈਂਡੀਡੇਟਸ ਦੀ, ਤਾਂ ਸੁੱਚਾ ਸਿੰਘ ਛੋਟੇਪੁਰ ਮਹਾਂਗਠਜੋੜ ਦੇ ਵੱਲੋਂ ਉਮੀਦਵਾਰ ਹੋ ਸਕਦੇ ਨੇ ਜੇਕਰ ਉਹ ਮਹਾਂਗਠਜੋੜ ਦਾ ਹਿੱਸਾ ਬਣਦੇ ਨੇ, ਅਤੇ ਆਮ ਆਦਮੀ ਪਾਰਟੀ ਨੂੰ ਅਜੇ ਤੱਕ ਆਪਣਾ ਉਮੀਦਵਾਰ ਇੱਥੋਂ ਗੁਰਦਾਸਪੁਰ ਤੋਂ ਨਹੀਂ ਮਿਲ ਸਕਿਆ। ਇਸ ਤਰ੍ਹਾਂ ਗੁਰਦਾਸਪੁਰ ਦੀ ਸੀਟ ਵੀ ਪੰਜਾਬ ਦੇ ਵਿੱਚ ਹੌਟ ਸੀਟ ਬਣ ਸਕਦੀ ਹੈ, ਜਿਸ 'ਤੇ ਬਹੁਤ ਚੁਕਾਉਣਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਪਰ ਇੱਥੇ ਇੱਕ ਸਵਾਲ ਅਸੀਂ ਤੁਹਾਡੇ ਤੋਂ ਆਪਣੇ ਦਰਸ਼ਕਾਂ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਕਵਿਤਾ ਖੰਨਾ ਨੇ ਇੱਥੋਂ ਦਾਅਵੇਦਾਰੀ ਪੇਸ਼ ਕੀਤੀ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਕਵਿਤਾ ਖੰਨਾ ਗੁਰਦਾਸਪੁਰ ਦੀ ਸੀਟ ਭਾਰਤੀ ਜਨਤਾ ਪਾਰਟੀ ਲਈ ਜਿੱਤ ਸਕਦੇ ਨੇ? ਇਸ ਬਾਰੇ ਤੁਹਾਡੀ ਜੋ ਵੀ ਰਾਏ ਹੈ ਇਸ ਵੀਡੀਓ 'ਤੇ ਕਮੈਂਟ ਕਰਕੇ, ਇਸ ਖਬਰ 'ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇਕਰ ਤੁਸੀਂ ਪੰਜਾਬ ਦੀ ਕਿਸੇ ਵੀ ਖਬਰ ਤੋਂ ਖੁੰਝਣਾ ਨਹੀਂ ਚਾਹੁੰਦੇ, ਹਰੇ ਖਬਰ ਨੂੰ ਦੇਖਣਾ, ਸੁਣਨਾ ਅਤੇ ਪੜ੍ਹਨਾ ਚਾਹੁੰਦੇ ਹੋ, ਤਾਂ ਦ ਪੰਜਾਬ TV ਦੀ ਐਪ ਨੂੰ ਪਲੇ ਸਟੋਰ 'ਤੇ ਜਾ ਕੇ ਡਾਊਨਲੋਡ ਜ਼ਰੂਰ ਕਰ ਲਓ। ਅਸੀਂ ਵਾਅਦਾ ਕਰਦੇ ਹਾਂ ਕਿ ਨਿਰਪੱਖਤਾ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਏਗਾ। ਤੁਸੀਂ ਬਣੇ ਰਹੋ ਦ ਪੰਜਾਬ TV ਦੇ ਨਾਲ। ਧੰਨਵਾਦ।